ਰੋਟੀ ਖੁੱਲ ਗਈ ਹੈ ਤੇ ਰੋਟੀ ਖਾ ਲੈ ਕੇ ਤੈਨੂੰ ਭਾਈ ਵੇਖੋ ਜਨਾਬ ਠੀਕ ਹੈ ਜੀ ਹਾਂਜੀ ਜਨਾਬ ਅਸਲਾਮ ਵਾਲੇਕੁਮ ਲੋ ਜਨਾਬ ਕੱਲ੍ਹ ਸਾਰੀ ਸੱਲੂ ਪੰਜਾਬੀ ਫੈਮਿਲੀ ਨੂੰ ਜਨਾਬ ਸੱਲੂ ਭਾਈ ਐਵੇਂ ਦਾਵਤ ਦਿੱਤੀ ਸੀ ਠੀਕ ਹੈ ਜੀ ਅਤੇ ਇਹ ਵੇਖੋ ਜਨਾਬ ਸੱਲੂ ਭਾਈ ਵੀ ਆ ਗਏ ਨੇ ਜਨਾਬ ਸਿਗਨੇਚਰ ਏਸ਼ੀਅਨ ਰੈਸਟੋਰੈਂਟ ਠੀਕ ਹੈ ਜੀ ਅਤੇ ਮਾਸ਼ਾਅੱਲਾ ਅੰਦਰ ਜਾਣਾ ਫੁੱਲ ਹੋਇਆ ਦਾ ਰੈਸਟੋਰੈਂਟ ਅਤੇ ਤੁਹਾਨੂੰ ਅੰਦਰ ਜਾ ਕੇ ਨਾ ਥੋੜ੍ਹਾ ਸਾਰਾ ਵਿਖਾਉਂਦੇ ਹਾਂ ਠੀਕ ਹੈ ਜੀ ਇਫਤਾਰੀ ਦੇ ਇੰਤਜ਼ਾਮਾਤ ਪੂਰੇ ਨੇ ਚਲੋ ਜੀ ਆਈਏ ਹੁਣ ਤੁਹਾਨੂੰ ਵਿਖਾਉਂਦੇ ਹਾਂ ਜਨਾਬ ਇਹ ਚੈੱਕ ਕਰੋ ਜਨਾਬ ਇੱਥੋਂ ਜਨਾਬ ਇਹ ਵੇਖੋ ਜੀ ਮਾਸ਼ਾਅੱਲਾ ਐਜ਼ ਯੂਜੂਅਲ ਤੁਹਾਨੂੰ ਤਾਂ ਪਤਾ ਤਾਂ ਹੈ ਸਿਟਿੰਗ ਏਰੀਆ ਹੈ ਬਾਹਰ ਠੀਕ ਹੈ ਜੀ ਅਤੇ ਇਹ ਅੰਦਰ ਵੇਖੋ ਜਨਾਬ ਇਹ ਸਾਡੇ ਟੋਨੀ ਬਾਈ ਅਸਲਾਮ ਵਾਲੇਕੁਮ ਟੋਨੀ ਬਾਈ ਸੁਣਾਓ ਕੀ ਹਾਲ ਚਾਲ ਹੈ ਲਓ ਜਨਾਬ ਅਤੇ ਇਹ ਚੈੱਕ ਕਰੋ ਜਨਾਬ ਇਹ ਚੈੱਕ ਕਰੋ ਠੀਕ ਹੈ ਜੀ ਸਾਰਾ ਜਿਹੜਾ ਇਫਤਾਰੀ ਦਾ ਬੁਫੇ ਵਗੈਰਾ ਜਾਣਾ ਪਿਆ ਦਾ ਠੀਕ ਹੈ ਜੀ ਨਾਨ ਵਗੈਰਾ ਬਿਰਿਆਨੀ ਉਸ ਤੋਂ ਬਾਅਦ ਇਹ ਕੀ ਨਾਮ ਹੈ ਹਲੀਮ ਹਲੀਮ ਉਸ ਤੋਂ ਬਾਅਦ ਫਰੂਟ ਚਾਟ ਠੀਕ ਹੈ ਜੀ ਅਤੇ ਇਹ ਵੇਖੋ ਸਮੋਸੇ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਦਹੀਂ ਭੱਲੇ ਠੀਕ ਹੈ ਜੀ ਅਤੇ ਖਜੂਰਾਂ ਵਗੈਰਾ ਅਤੇ ਉਸ ਤੋਂ ਬਾਅਦ ਇਹ ਚੈੱਕ ਕਰੋ ਜਨਾਬ ਮਾਸ਼ਾਅੱਲਾ ਸਾਰਾ ਜਿਹੜਾ ਰੈਸਟੋਰੈਂਟ ਇਸ ਟਾਈਮ ਫੁੱਲ ਬਟਾ ਫੁੱਲ ਹੈ ਠੀਕ ਹੈ ਜੀ ਇਹ ਵੇਖੋ ਜਨਾਬ ਸਾਰੇ ਸਾਡੇ ਜ਼ਿਆਦਾਤਰ ਪਾਕਿਸਤਾਨੀ ਭਰਾ ਬੈਠੇ ਨੇ ਠੀਕ ਹੈ ਜੀ ਇਹ ਵੇਖੋ ਜਨਾਬ ਚਲੋ ਹੁਣ ਜੇ ਨਾ ਇਫਤਾਰੀ ਕਰਨੇ ਆ ਤਾਂ ਫਿਰ ਜਨਾਬ ਕਰਾਂਗੇ ਹਾਂਜੀ ਜਨਾਬ ਲਓ ਜੀ ਅਲਹਮਦੁਲਿਲਾ ਅਲਹਮਦੁਲਿਲਾ ਪੇਟ ਪੂਜਾ ਹੋ ਗਈ ਪੂਰੀ ਠੀਕ ਹੈ ਜੀ ਅੰਦਰ ਕਾਫੀ ਰਸ਼ ਸੀ ਅਤੇ ਐਂ ਦਾ ਬੰਦੇ ਦੀ ਪ੍ਰਾਈਵੇਸੀ ਜਿਹੜੀ ਹੈ ਨਾ ਉਹ ਡਿਸਟਰਬ ਹੁੰਦੀ ਹੈ ਠੀਕ ਹੈ ਜੀ ਹਰ ਬੰਦਾ ਕੋਈ ਆਇਆ ਜ਼ਿਆਦਾਤਰ ਪਾਕਿਸਤਾਨੀ ਫੈਮਲੀ ਆ ਸਨ ਅਤੇ ਮੈਂ ਇਸ ਵਾਰ ਜਨਾਬ ਵੀਡੀਓ ਨਾਲ ਤਰੀਕੇ ਨਾਲ ਬਣਾਈ ਹੈ ਅਤੇ ਲਓ ਜੀ ਹੁਣ ਦੇਵੋ ਸੱਲੂ ਪੰਜਾਬੀ ਨੂੰ ਇਜਾਜ਼ਤ ਖੁਸ਼ ਰਹੋ ਹੱਸਦੇ ਵਸਦੇ ਰਹੋ ਪਾਕਿਸਤਾਨ ਜ਼ਿੰਦਾਬਾਦ